ਪੰਜਾਬ 'ਚ ਦੂਸ਼ਿਤ ਪਾਣੀ ਦਾ ਮਸਲਾ ਦਿਨੋ ਦਿਨ ਉਲਝਦਾ ਜਾ ਰਿਹਾ ਹੈ। ਵੱਖ ਵੱਖ ਜਥੇਬੰਦੀਆਂ ਵੱਲੋਂ ਇਸ ਮੁੱਦੇ ਨੂੰ ਲੈ ਕੇ ਸੰਘਰਸ਼ ਵੀ ਕੀਤੇ ਜਾ ਰਹੇ ਨੇ। ਨਰੋਆ ਪੰਜਾਬ ਜਥੇਬੰਦੀ ਵੱਲੋਂ ਵੀ ਲੁਧਿਆਣਾ ਵਿਖੇ ਸਤਲੁਜ ਦਰਿਆ ਉੱਤੇ ਬਣੇ ਵਾਟਰ ਟਰੀਟਮੈਂਟ ਪਲਾਂਟ ਦਾ ਦੌਰਾ ਕੀਤਾ ਗਿਆ ਹੈ ਅਤੇ ਇਸ ਸਮੇਂ ਲੱਖਾ ਸਿਧਾਣਾ ਵੱਲੋਂ ਆਪਣੀ ਫੇਸਬੁੱਕ ਉੱਤੇ ਇਸ ਸਾਰੀ ਕਾਰਵਾਈ ਨੂੰ ਲਾਈਵ ਵੀ ਕੀਤਾ ਗਿਆ ਹੈ। ਤੁਸੀਂ ਵੀ ਦੇਖੋ ਲੱਖਾ ਸਿਧਾਣਾ ਵੱਲੋਂ ਕੀਤੀ ਕਾਰਵਾਈ ਦਾ ਲਾਈਵ। ਪੰਜਾਬੀ ਭਰਾਵੋ, ਅਸੀਂ ਅੱਜ ਲੁਧਿਆਣੇ ਖੜ੍ਹੇ ਹਾਂ ਅਤੇ ਇਸ ਇੱਕ ਟਰੀਟਮੈਂਟ ਪਲਾਂਟ ਲੱਗਿਆ ਹੋਇਆ ਜਿਹੜਾ ਪੂਰੇ ਲੁਧਿਆਣੇ ਦਾ ਪਾਣੀ ਮਤਲਬ ਕਿ ਸਾਰਾ ਸੀਵਰੇਜ ਵਾਲਾ ਹੋਰ ਜਿੰਨਾ ਵੀ ਗੰਦ ਮੰਦ ਡੈਰੀਆਂ ਡੂਰੀਆਂ ਵਾਲਾ ਸਾਰਾ ਪਾਣੀ ਇਕੱਠਾ ਇੱਥੇ ਹੋ ਕੇ ਆਉਂਦਾ। ਇਹ ਕਹਿੰਦੇ ਅਸੀਂ ਟਰੀਟ ਕਰਦੇ ਹਾਂ, ਆ ਅਸੀਂ ਸਾਫ਼ ਕਰਕੇ ਅੱਗੇ ਭੇਜਦੇ ਹਾਂ ਜਿਹੜਾ ਕਿ ਅੱਗੇ ਸਤਲੁਜ ਦਰਿਆ ਦੇ ਵਿੱਚ ਅਸੀਂ ਦੇਖ ਕੇ ਆਏ ਹਾਂ ਪੈਂਦਾ। ਆਹ ਦਿਖਾ ਦੇ, ਆਹ ਦੇਖੋ, ਆਹ ਦਿਖਦਾ ਦਿਖਦਾ ਕਿ ਦਿਖਦਾ ਹੀ ਨਹੀਂ? ਇੱਧਰ ਵੀ ਦਿਖਾਈ, ਇੱਧਰ ਦਿਖਾ, ਆਹ ਦੇਖਿਓ, ਆਹ ਦੇਖ ਲਓ, ਇੱਧਰ ਦਿਖਾਈ, ਚਲ ਇੱਧਰ ਨੂੰ ਚੱਲ ਆਉਣਾ ਸੀ ਆਪਣਾ। ਆਹ ਦੇਖ ਲਓ, ਇਹ ਆ ਜਾਓ, ਇਹ ਹੁਣ ਆਪਾਂ ਤੁਸੀਂ ਇਹ ਹਿਸਾਬ ਲਾ ਲਓ, ਅਸੀਂ ਸਤਲੁਜ ਦਰਿਆ ਦਾ ਜਿਹੜਾ ਕਾਸਾਬਾਦ ਪਿੰਡ ਆ ਉੱਥੋਂ ਇੱਕ ਆਹ ਸਾਰਾ ਪਾਣੀ ਜਾਂਦਾ ਕਾਸਾਬਾਦ ਪਿੰਡ ਕੋਲ ਜਾ ਕੇ, ਜਿਹੜਾ ਇੱਧਰ ਦਿਖਾਈ, ਆਹ ਕਿੰਨਾ ਗੰਦ ਜਿਹੜਾ, ਆਹ ਦੇਖੋ, ਆਹ ਦੇਖ ਲਓ, ਆਹ ਜਿਹੜਾ ਗੰਦ, ਲੈਟਰੀਨਾਂ ਦਾ ਪਾਣੀ, ਮੱਝਾਂ ਦਾ ਗੋਹਾ, ਦਵਾਈਆਂ, ਮੈਡੀਕਲ, ਪਤਾ ਨਹੀਂ ਕੀ ਕੁਛ, ਜਿਹੜਾ ਇੱਥੋਂ ਦਾ ਜਿੰਨਾ ਗੰਦ ਮੰਦ ਆ, ਜਿੰਨਾ ਫੈਕਟਰੀਆਂ ਦਾ, ਸਾਰਾ ਇੱਥੇ ਆਹ ਇੱਥੇ ਇਕੱਠਾ ਹੁੰਦਾ। ਇਹ ਕਹਿੰਦੇ ਅਸੀਂ ਟਰੀਟ ਕਰਦੇ ਹਾਂ, ਇੱਥੋਂ ਸਾਫ਼ ਕਰਕੇ ਅੱਗੇ ਭੇਜਦੇ ਹਾਂ। ਮੈਨੂੰ ਲੱਗਦਾ ਕਿ 5 ਕੁ ਮਿੰਟ ਬੰਦਾ ਇੱਥੇ ਊਂ ਖੜ੍ਹ ਜੇ ਨਾ ਅਤੇ 5 ਮਿੰਟਾਂ 'ਚ ਹੀ ਮੈਨੂੰ ਲੱਗਦਾ ਇੱਥੇ ਬੰਦਾ ਬੇਹੋਸ਼ ਹੋਣ ਵਾਲੀ ਗੱਲ ਆ, ਇੰਨਾ ਮੁਸ਼ਕ ਭੈੜਾ ਮਾਰਦਾ। ਅਤੇ ਉੱਥੇ ਜਦੋਂ ਤੁਸੀਂ ਆਏ ਹਾਂ ਸਤਲੁਜ ਕੋਲੋਂ ਅਤੇ ਉੱਥੋਂ ਸਾਰਾ ਪਾਣੀ ਇਹ ਕਹਿੰਦੇ ਸਾਫ਼ ਕਰਕੇ ਭੇਜਦੇ ਹਾਂ, ਪਰ ਸਾਰਾ ਪਾਣੀ ਆਹ ਗੰਦਾ ਪਾਣੀ ਇੱਥੋਂ ਬਿਨਾਂ ਹੀ ਟਰੀਟ ਕੀਤੇ ਤੋਂ ਜਿਹੜਾ ਜਾ ਰਿਹਾ। ਅੱਜ ਨਰੋਆ ਪੰਜਾਬ ਮੰਚ ਵੱਲੋਂ ਇਹ ਇੱਕ ਮੁਹਿੰਮ ਵਿੱਢੀ ਗਈ ਸੀ ਕਿ ਜਿਹੜਾ ਇਹ ਪਾਣੀ ਹੈ ਯਾਰ, ਮੈਨੂੰ ਤਾਂ ਲੱਗਦਾ ਕਿ ਸਾਡੇ ਕੋਲ ਸ਼ਬਦ ਨਹੀਂ ਹੈਗੇ ਬੋਲਣ ਵਾਲੇ ਕਿ ਕਿਵੇਂ ਜਿਹੜਾ ਅਸੀਂ ਲੋਕਾਂ ਤੱਕ ਇਹ ਬਿਆਨ ਕਰੀਏ ਕਿ ਕਿਵੇਂ ਇਹ ਪਾਣੀ ਸਤਲੁਜ ਦਰਿਆ ਦੇ ਵਿੱਚ ਜਾ ਕੇ ਅੱਗੇ ਦੀ ਅੱਗੇ ਇਹ ਪਾਣੀ ਉੱਥੋਂ ਹਰੀਕੇ ਪੱਤਣਾਂ ਤੋਂ ਇਹ ਨਹਿਰਾਂ ਤੋਂ ਸੂਹਾਂ ਕੱਸਣਾਂ ਰਾਹੀਂ ਵਾਟਰ ਬਾਕਸਾਂ ਰਾਹੀਂ ਸਾਡੇ ਜਿਹੜਾ ਘਰਾਂ 'ਚ ਜਾਂਦਾ। ਲੈ ਲਗਾਤਾਰ ਜੁੜੇ ਰਹੋ ਅਤੇ ਜੋੜ ਲਾ ਹੋਰ ਬੰਦੇ ਨਾਲ, ਬਸ ਪੂਰਾ ਤੁਹਾਨੂੰ ਦਿਖਾਵਾਂਗੇ ਅੱਜ। ਬਸ ਇੱਧਰ ਨੂੰ ਚੱਲੋ, ਜਿਹੜਾ ਕਹਿੰਦੇ ਅਸੀਂ ਪਾਣੀ ਟ੍ਰੀਟ ਕਰਦੇ ਹਾਂ, ਉਹ ਗੰਦ ਆ ਰਿਹਾ ਉੱਪਰ ਦਿਖਾ, ਉਹ ਦੇਖ ਉਹ ਗੰਦ ਆ ਕਮੇਟੇ ਦਾ ਪਾਣੀ। ਚੱਲ ਚੱਲ
ਆਹ ਦੇਖੋ ਮੱਝਾਂ ਦਾ ਗੋਹਾ ਪਿਆ, ਦੇਖੋ ਲੁਧਿਆਣੇ ਦਾ ਜਿੰਨਾ ਗੋਹਾ ਡੈਰੀ ਵਾਲਾ, ਆਹਦਾ ਚੱਲਦਾ ਹੀ ਨੀ, ਆਹਦਾ ਬੰਦ ਪਿਆ ਚੱਲਦਾ ਹੀ ਨੀ ਲੱਗਦਾ ਤਾਂ ਇਹਨੂੰ ਮੈਨੇਜਰ ਜੀ ਨੂੰ ਬੈਸ ਸਿੱਟੋ ਕਿ ਕੀ ਯਾਰ। ਆਹ ਦੇਖੋ ਬੁਰਾ ਚੱਲ ਲੱਗੇ ਦੇਖ ਸਕਦੇ ਹੋ ਕਿਹੋ ਜਿਹਾ ਪਾਣੀ ਹੋ ਸਕਦਾ ਜੀ। ਗੰਦ ਸਾਰਾ ਡੇਰੀਆਂ ਦਾ ਗੰਦ ਜਿਹੜਾ ਉਹ ਪਿਆ ਜੀ ਪੂਰਾ। ਪੰਨੂ ਜੀ ਗੱਲ ਸੁਣੋ, ਇਹ ਭਾਈ ਸਾਹਿਬ ਕਹਿ ਰਹੇ ਜਿਹੜੇ ਵੀਨੋ ਦੇ ਥੱਲੇ ਪਾਣੀ ਗਿੱਧਾ ਪਿਆ ਨਾ ਕਾਲਾ ਉੱਪਰਲਾ ਨਹੀਂ ਨੀਚੇ ਵਾਲਾ, ਇਹ ਪਾਣੀ ਪੀ ਆਪਣਾ ਖੇਤੀਬਾੜੀ ਨੂੰ ਹੈ। ਅੱਛਾ ਖੇਤੀਬਾੜੀ ਨੂੰ ਲੱਗਣ ਯੋਗ ਹੈ ਇਹ, ਇਹਦਾ ਇਹਦਾ ਇਹਨੂੰ ਲਿਜਾ ਕੇ ਇੱਥੋਂ ਟੈਸਟ ਕਰਾਇਆ ਜਾ ਸਕਦਾ? ਤੁਹਾਡਾ ਲਾਸਟ ਕਦੋਂ ਟੈਸਟ ਹੋਇਆ ਇੱਥੇ, ਕੋਈ ਹੈ ਰਿਪੋਰਟ ਤੁਹਾਡੇ ਕੋਲ? ਇਸ ਟਾਈਮ ਸਾਡੀ ਤਾਂ ਲੈਬ 'ਚ ਹੁੰਦੀ ਹੈ ਸਰ। ਤੁਹਾਡੀ ਲੈਬ ਵੀ ਹੈਗੀ ਆਪਣੀ? ਆਪਣੀ ਲੈਬ ਹੈ ਤੁਹਾਡੀ? ਕਿੱਥੇ ਹੈ ਲੈਬ ਤੁਹਾਡੀ? ਅੱਛਾ ਆਪਣੀ ਬਣਾਈ ਹੋਈ ਹੈ, ਬਾਹਰੋਂ ਨਹੀਂ ਕਰਾਉਂਦੇ ਕਿਤੇ? ਨਹੀਂ ਨਹੀਂ, ਇੱਕ ਜਿਹੜੀ ਡੇਲੀ ਰੂਟੀਨ ਵਾਲੀ ਸਾਡੀ ਆਪਣੀ ਹੈ, ਅਸੀਂ ਡੇਲੀ ਰੂਟੀਨ ਆਪਣੇ ਚੈੱਕ ਕਰਦੇ ਹੀ ਹਾਂ। ਇੱਕ ਪੀ ਵੀ ਸੀ ਵੀ ਹੈ, ਅੱਜ ਤੋਂ ਉਹ ਲੈ ਕੇ ਜਾਂਦੇ ਪੋਲਿਊਸ਼ਨ ਬੋਰਡ ਵਾਲੇ ਆਪਣਾ ਸੈਂਪਲ, ਉਹ ਵੀ ਚੈੱਕ ਕਰਦੇ ਆ ਮੰਥਲੀ ਦੋ ਤਿੰਨ ਵਾਰ। ਸਤਲੁਜ ਪਾਈ ਜਾਂਦੇ ਆ। ਹਾਂਜੀ ਉਹ ਪਾਣੀ ਕਿਹੜਾ? ਇਹੀ ਹੈ, ਇਸ ਤੋਂ ਬਾਅਦ ਇੱਧਰ ਆਇਆ ਉਹ ਐਕਚੁਅਲ ਤੋਂ ਬਾਅਦ ਆ ਸਾਡਾ ਡਿਸਚਾਰਜ। ਉਹਨੂੰ ਤੂੰ ਪੀ ਸਕਦਾ? ਕਿੰਨੇ ਪੀਣ ਵਾਲਾ? ਪੀਣ ਵਾਲਾ ਨਹੀਂ ਹੈ, ਐਗਰੀਕਲਚਰ ਵਾਸਤੇ ਹੈ। ਜਿਹੜਾ ਦਰਿਆ 'ਚ ਪਾਣੀ ਜਾਂਦਾ ਉਹਨੂੰ ਲੋਕ ਪੀਂਦੇ ਵੀ ਆ? ਨਹੀਂ ਸਰ ਪੀਣ ਵਾਲਾ ਨਹੀਂ ਹੈ। ਦਰਿਆ ਵਾਲਾ ਪੀਂਦੇ ਆ ਕਿ ਨਹੀਂ ਪੀਂਦੇ ਜਵਾਬ ਦੇ। ਆਪਾਂ ਗੱਲ ਤਾਂ ਇਹ ਕਹਿੰਦੇ ਵੀ ਆ ਜਿਹੜਾ ਪਾਣੀ ਸਾਡਾ ਦਰਿਆ ਵਾਲਾ ਸਾਫ ਸੁਥਰਾ ਪਾਣੀ ਆ, ਹਾਂ ਉਹਦੇ ਵਿੱਚ ਤੁਸੀਂ ਆ ਖੇਤੀ ਵਾਲਾ ਪਾਣੀ ਤੁਹਾਡੇ ਕਹਿਣ ਦੇ ਅਕੋਰਡਿੰਗ, ਸਾਡੇ ਕਹਿਣ ਦੇ ਅਕੋਰਡਿੰਗ ਖੇਤੀ ਨੇ ਵੀ ਹੈ ਨਹੀਂ, ਖੇਤੀ ਨੇ ਕਿੱਥੇ ਆ ਇਹ? ਤਾਂ ਡੰਗਰਾਂ ਦੇ ਨੇੜੇ ਲਾਉਣ ਵਾਲੇ ਪਾਣੀ, ਫਸਲਾਂ ਜਿਹੜੀਆਂ ਹੋਣਗੀਆਂ ਜ਼ਹਿਰ ਹੋਊਗੀ। ਤੁਸੀਂ ਇਹਨੇ ਜਿਹੜੇ ਵਾਲੇ ਪਾਣੀ ਦੇ ਵਿੱਚ ਮਿਲਾਈ ਜਾਂਦੇ ਇੱਕ ਮਿੰਟ ਇੱਕ ਮਿੰਟ ਜਿਹੜੀ ਗੱਲ ਤੁਹਾਨੂੰ ਇਹ ਗੱਲ ਪਤਾ ਵੇ ਭਾਜੀ ਵੀ ਜਿਹੜਾ ਤੁਹਾਡਾ ਇਹ ਪਾਣੀ ਹੈ, ਮੇਰੀ ਗੱਲ ਧਿਆਨ ਨਾਲ ਫੋਲੋ ਕਰ ਵੀ ਅਸੀਂ ਕਿੱਥੇ ਬੋਲ ਰਹੇ ਹਾਂ। ਜਿਹੜਾ ਇਹ ਪਾਣੀ ਹੈ ਇਹ ਪਾਣੀ ਖੇਤਾਂ ਨੂੰ ਜਾਂਦਾ, ਸਤਲੁਜ ਪਾਉਂਦੇ ਹੋ ਉਹਦੇ ਨਾਲ ਖੇਤ ਨੇ, ਖੇਤਾਂ ਦੀ ਸਿੰਚਾਈ ਇਸ ਪਾਣੀ ਨਾਲ ਹੁੰਦੀ ਹੈ ਜਿਹੜੀ ਆਪਾਂ ਕਣਕ ਖਾਂਦੇ ਹਾਂ ਜਾਂ ਉਹ ਨਹੀਂ ਜੀ ਨਹੀਂ ਖਾਂਦੇ ਹਾਂ, ਸਤਲੁਜ ਦਾ ਪਾਣੀ ਪੀਤਾ ਜਾਂਦਾ ਜੀ। ਸਤਲੁਜ ਦਾ ਪਾਣੀ ਪੀਤਾ ਜਾਂਦਾ ਕਿ ਨਹੀਂ ਜਾਂਦਾ ਇਹ ਜਵਾਬ ਦਿਓ। ਸੋਰੀ ਸਰ ਪੀਂਦੇ ਹੋਣੇ? ਪੀਂਦੇ ਹੋਣੇ ਆ, ਪੰਜਾਬ ਰਹਿੰਦਾ ਉੱਥੋਂ ਹਰੀਕੇ ਪੱਤਣ ਤੋਂ ਨਹਿਰਾਂ ਨਿਕਲਦੀਆਂ ਨੇ, ਸੂਏ ਨਿਕਲਦੇ ਨੇ, ਵਾਟਰ ਬਾਥਾਂ 'ਚ ਪਾਣੀ ਦਾ ਲੋਕ ਪੀਂਦੇ ਆ। ਤੁਸੀਂ ਕਹਿੰਦੇ ਇਹ ਪੀਣ ਯੋਗ ਪਾਣੀ ਹੈ? ਸਰ ਸਾਨੂੰ ਤਾਂ ਜੋ ਆਰਡਰ ਅਸੀਂ ਕਹੋ ਮੈਨੇਜਰ ਆ ਤੂੰ ਕਿਹਾ ਮੈਂ ਜ਼ਿੰਮੇਵਾਰ ਹਾਂ ਇੱਥੋਂ ਦਾ, ਸਾਨੂੰ ਇਹ ਜਵਾਬ ਤਾਂ ਦੇ ਵੀ ਇਹ ਕੀ ਪਾਣੀ ਪੀਣ ਯੋਗ ਹੈਗਾ। ਦੂਜੇ ਦਿਨ ਕੱਲ ਨੂੰ ਬਿਮਾਰ ਹੋ ਜਾਏਗਾ ਤੇ ਮਹੀਨੇ ਚ ਮਰ ਜਾਏਗਾ। ਇਹ ਲੋਕ ਖਬਰਾਂ ਕਿੰਨੇ ਲੱਖਾਂ ਲੋਕ ਪੰਜਾਬ ਦੇ ਪਾਣੀ ਪੀਂਦੇ ਆ ਸਤਲੁਜ ਕਿਉਂ ਸਿੱਟ ਰਿਹਾ? ਇੰਨਾ ਤੁਸੀਂ ਰਿਪੋਰਟ ਕਰਨੀ ਚਾਹੀਦੀ ਹੈ ਤੁਹਾਨੂੰ ਕਿ ਇਹਨੂੰ ਸਤਲੁਜ ਦੇ ਵਿੱਚ ਨਾ ਸਿੱਟਿਆ ਜਾਵੇ ਉੱਥੇ। ਜੜੀਆਂ ਬੂਟੀਆਂ ਦਾ ਪਾਣੀ ਆਉਂਦਾ, ਅਸੀਂ ਆਪਦਾ ਪਾਣੀ ਪਾ ਕੇ ਉਹਦਾ ਜਲੂਸ ਕੱਢੀ ਜਾਂਦੇ ਹਾਂ ਯਾਰ, ਇਹ ਕਿੱਥੋਂ ਦੀ ਸਿਆਣਪਾ ਮੈਨੂੰ ਦੱਸੋ। ਗੱਲ ਫੋਨ ਮਿਲਾ ਕੇ ਦਵੋ, ਸਪੀਕਰ ਆਨ ਕਰੋ ਲੱਖੇ ਭਾਜੀ, ਲੱਖੇ ਵੀਰੇ ਆਓ ਇੱਕ ਮਿੰਟ
ਸਾਰੇ ਪਲਾਂਟ ਦੇਖਦੇ ਨੇ ਸਤਲੁਜ ਦਰਿਆ ਦੇ ਵਿੱਚ ਸੁੱਟਿਆ ਜਾ ਰਿਹਾ। ਸਤਲੁਜ ਅੱਗੇ ਹਰੀਕੇ ਚ ਮਿਲਦਾ, ਹਰੀਕੇ ਤੋਂ ਨਹਿਰਾਂ ਨਿਕਲਦੀਆਂ ਨੇ ਔਰ ਇਹ ਪਾਣੀ ਨਾ ਸਿਰਫ ਪੰਜਾਬ ਬਲਕਿ ਕਈ ਹੋਰ ਸੂਬੇ ਜਿਹੜੇ ਵੀ ਪੀਂਦੇ ਆ। ਸਾਡੇ ਡੰਗਰਾਂ ਤੱਕ ਵੀ ਕੈਂਸਰ ਹੋ ਰਿਹਾ ਔਰ ਟ੍ਰੀਟਮੈਂਟ ਪਲਾਂਟ ਵਾਲੇ ਕਹਿ ਰਹੇ ਕਿ ਇਹ ਪਾਣੀ ਪੀਣ ਵਾਲਾ ਹੈਲੋ। ਹਾਂਜੀ, ਅਸੀਂ ਨਰੋਆ ਪੰਜਾਬ ਮੰਚ ਵੱਲੋਂ ਇੱਕ ਸੰਸਥਾ ਆਈ ਹੈ ਤੁਹਾਡੇ ਟ੍ਰੀਟਮੈਂਟ ਪਲਾਂਟ 'ਤੇ। ਤੁਹਾਡਾ ਮੈਨੇਜਰ ਹੈ ਜਿਹੜਾ ਇੰਜੀਨੀਅਰ ਵੀ ਹੈ, ਇਹ ਕਹਿ ਰਿਹਾ ਕਿ ਜਿਹੜਾ ਪਾਣੀ ਹੈ ਅਸੀਂ ਇੱਥੋਂ ਟ੍ਰੀਟ ਕਰਕੇ ਜਿਹੜਾ ਸੁੱਟ ਰਹੇ ਹਾਂ ਸਤਲੁਜ ਦਰਿਆ ਦੇ ਵਿੱਚ, ਕੀ ਇਹ ਪਾਣੀ ਪੀਣ ਯੋਗ ਹੈ? ਟ੍ਰੀਟਮੈਂਟ ਦਾ ਪਾਣੀ ਤੁਸੀਂ ਕਹਿ ਰਹੇ ਹੋ, ਆਪਦੀ ਜ਼ਬਾਨੀ ਕਹਿ ਰਹੇ ਹੋ ਕਿ ਪੀਣ ਯੋਗ ਨਹੀਂ ਆ, ਅਤੇ ਫਿਰ ਸਤਲੁਜ 'ਤੇ ਤੁਹਾਨੂੰ ਸੁੱਟਣ ਦੀ ਪ੍ਰਵਾਨਗੀ ਕਿਹਨੇ ਦਿੱਤੀ? ਪੰਜਾਬ ਗੌਰਮੈਂਟ ਦਾ ਕੋਈ ਰਿਟਰਨ 'ਚ ਕੋਈ ਲਿਖਤੀ ਤੁਹਾਡੇ ਕੋਲ ਆਇਆ ਹੋਇਆ ਵੀ ਇੱਥੋਂ ਚੱਕ ਕੇ ਪਾਣੀ ਸਤਲੁਜ ਸਿੱਟੋ? ਨਹੀਂ, ਤੁਹਾਡੇ ਕੋਲ ਤਾਂ ਕੁਛ ਲਿਖਤੀ ਕੋਈ ਰਿਟਰਨ ਤਾਂ ਹੋਊਗਾ ਹੀ ਨਾ ਵੀ ਆ ਪਾਣੀ ਸਤਲੁਜ। ਤੁਸੀਂ ਇਹ ਤਾਂ ਮੰਨਦੇ ਹੋ ਨਾ ਵੀ ਜਿਹੜਾ ਪਾਣੀ ਅਸੀਂ ਤੁਹਾਡੇ ਪਲਾਂਟ 'ਤੇ ਖੜੇ ਪੀਣ ਯੋਗ ਨਹੀਂ ਆ? ਹਾਂ, ਹੁਣ ਜਿਹੜਾ ਜਮ੍ਹਾਂ ਮੇਨ ਤੇਰਾ ਸਿਖਰ ਲਾ ਉਹਦੇ ਨਾਲ ਲਾ ਯਾਰ, ਇਹਦਾ ਸਾਰੇ ਕਹੀ ਨਾ ਤਾਂ ਬੈਠਾ ਉਹ ਬੈਠਾ ਉਹ ਬੈਠਾ। ਕਿਸੇ ਦਾ ਨੰਬਰ ਵਟਸਐਪ ਕਰੋ। ਹਾਂ ਜੀ, ਡੀ ਸੀ ਨੂੰ ਲਾਉਣ ਮੈਨੂੰ ਸਰ, ਡੀ ਸੀ ਨੂੰ ਲਾ, ਡੀ ਸੀ ਨੇ ਚੱਕਣਾ ਨਹੀਂ ਹੋਣਾ, ਸੰਡੇ ਆ ਵੈਸੇ ਨਹੀਂ ਚੱਕਣਾ, ਚੱਕਣਾ ਨਹੀਂ। ਮੇਅਰ ਸਾਹਿਬ ਦਾ ਨੰਬਰ ਹੈਗਾ? ਮੇਅਰ ਸਾਹਿਬ ਦਾ ਨੰਬਰ ਹੈਗਾ? ਨਹੀਂ ਸਰ, ਜਿਹੜਾ ਕਾਰਪੋਰੇਸ਼ਨ ਦਾ ਹੈਡ ਆ ਉਹ ਤਾਂ ਮੇਅਰ ਹੀ ਆ ਨਾ, ਨਵਜੋਤ ਸਿੱਧੂ ਨਗਰ ਉਹਦੇ ਅੰਦਰ ਆਉਂਦਾ। ਨਵਜੋਤ ਸਿੱਧੂ ਦੇ ਸਿੱਧੂ ਦਾ ਨੰਬਰ ਹੈਗਾ? ਨੰਬਰ ਹੈਗਾ ਕਿਸੇ ਕੋਲ? ਨਵਜੋਤ ਸਿੱਧੂ ਦਾ ਨੰਬਰ ਲੈ ਲੈਂਦੇ ਹਾਂ। ਸਿੱਧੂ ਦਾ ਨੰਬਰ ਲਓ, ਨੰਬਰ ਲੈ ਕੇ ਉਹਨਾਂ ਨੂੰ ਕਰੋ ਫੋਨ। ਮੇਰੀ ਗੱਲ ਸੁਣ, ਆਪਾਂ ਕਿਸੇ ਦਿਨ ਕਿਉਂ ਕਾਲ ਕਰਦੇ, ਅੱਜ ਹੀ ਪੈਂਦੇ ਆ ਆਪਾਂ ਕਾਲ ਦੇ ਕੇ ਬੈਠੇ ਪੰਜਾਬ ਚੋਂ ਕੱਟ ਕਰਕੇ ਕਾਲ। ਅਗਲੇ ਐਤਵਾਰ ਰੱਖ ਲਓ, ਅਗਲੇ ਐਤਵਾਰ ਨਾਲ ਸਾਥੀਆਂ ਨਾਲ ਸਲਾਹ ਕਰ ਲਈਏ, ਸਲਾਹ ਕਰ ਕੇ ਅਗਲੇ ਐਤਵਾਰ ਕਾਲ ਪਲਾਜ਼ੇ ਤੇ ਆ ਜਾਓ। ਹਾਂ ਬਾ ਠੀਕ ਹੈ, ਸ਼ਾਮ ਦਾ ਗੱਲਬਾਤ ਹੋਊ ਅੱਗੇ ਨੂੰ।
ਸਿੱਧੂ ਨੇ ਕਿਹੜਾ ਚੱਕਣਾ ਯਾਰ, ਉਹਨੇ ਕਿਹੜਾ ਐ ਤਾਂ ਬਹੁਤ ਕਰਦੇ ਹੁਣ ਆਪਣੇ ਵਰਗੇ ਥੋੜਾ ਚੱਕਣਾ ਜਾਂ ਨਹੀਂ ਚੱਕਣਾ ਜੀ। ਚਲ ਪਤਾ ਲੱਗ ਜੂਗਾ, ਲੁਧਿਆਣਾ ਰੋਕ ਲਿਆ ਯਾਰ, ਉੱਥੇ ਆ ਸਾਰੇ ਆ ਜਾਣਗੇ ਭਾਜੀ। ਮੈਂ ਤਾਂ ਕਹਿੰਦਾ ਅੱਜ ਆਪਾਂ ਅਗਲੇ ਸੰਡੇ ਨੂੰ ਕੱਲ ਸਵੇਰੇ ਰੋਕ ਲਓ, ਗੱਲ ਕਰ ਲਓ ਸਾਰੇ ਨਾਲ, ਤਿਆਰੀ ਕਰ ਤਿਆਰੀ ਸਾਰੀ ਜਿਹੜੀ ਕਮੇਟੀ ਆ ਟੀਮ ਆ ਉਹਦੇ ਨਾਲ ਤਾਂ ਰਹਿ ਕਰਕੇ ਫੇਰ ਬੈਠੇ। ਅੱਜ ਆਪਾਂ ਇੱਦਾਂ ਕਰਦੇ ਆ ਨਾ, ਜਿੱਥੇ ਅੱਗੇ ਜਾਣਾ ਮੈਂ ਸਤਲੁਜ ਦੇ ਉੱਥੇ ਗੱਲ ਕਰਕੇ, ਤੁਹਾਡੇ ਵੱਲ ਕਿਸੇ ਦਾ ਨੰਬਰ ਨਹੀਂ ਹੈ? ਕੌਣ ਸੀਗਾ ਬੰਦਾ ਇਹ ਇੰਚਾਰਜ? ਜਿਹੜੇ ਪਲਾਂਟ ਦੇ ਇੰਚਾਰਜ ਵੱਲੋਂ, ਕਾਰਪੋਰੇਸ਼ਨ ਵੱਲੋਂ ਚਲੋ ਰਾਇ ਕਰਕੇ ਅਗਲਾ ਐਲਾਨ ਕਰੋ ਹੈ ਨਾ, ਬਿਲਕੁਲ ਲੁਧਿਆਣਾ ਘੇਰ ਲਓ ਯਾਰ, ਇਹਦਾ ਤਬਾਹੀ ਤਾਂ ਖਤਮ ਕਰ ਦੋ ਪੰਜਾਬ ਨੂੰ ਨਾ। ਆ ਦਿਖਾ ਦੇ ਯਾਰ ਲੋਕਾਂ ਨੂੰ ਜਿਹੜੇ ਘਰਾਂ 'ਚ ਬੈਠੇ ਆ। ਆਊਟਲੈਟ ਅੱਗੇ ਆ ਜਾਓ ਪੰਨੂ ਜੀ।